ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਅੱਜ ਅਸੀਂ ਪੁੱਜੇ ਹਾਂ ਕੰਟਾਕੀ ਸਾਡੇ ਵੀਰ ਕੋਲ, ਇੰਦਰਜੀਤ ਬਾਸੀ ਕੋਲ, ਚੰਡੀਗੜ੍ਹ ਕੋਲੋਂ, ਤੇ ਸੁਵਰਨ ਸਿੰਘ ਤੇ ਰਜਿੰਦਰ ਸਿੰਘ ਕਲੋੜ, ਆਨੰਦਪੁਰ ਕਲੋੜ ਤੋਂ। ਇਹਨਾਂ ਕੋਲ ਕਬੂਤਰ ਦੇਖਣ ਆਏ ਅੱਜ ਆਪਾਂ, ਬਹੁਤ ਦੂਰੋਂ ਆਏ ਹਾਂ ਇਹਨਾਂ ਕੋਲ। ਆਪਾਂ ਸੁਣਿਆ ਕਿ ਬਹੁਤ ਸਾਰੇ ਕਬੂਤਰ ਨੇ ਤੇ ਅਲੱਗ ਅਲੱਗ ਬ੍ਰੀਡ ਦੇ ਕਬੂਤਰ ਨੇ, ਇਹਨਾਂ ਨੂੰ ਬਹੁਤ ਸ਼ੌਂਕ ਸ਼ੁਰੂ ਤੋਂ ਹੀ, ਤੇ ਬਹੁਤ ਲੋਕਾਂ ਕੋਲ ਸੁਣਿਆ ਇਹਨਾਂ ਬਾਰੇ। ਇਹਨਾਂ ਨੇ ਪਿੰਡ ਵੀ ਰੱਖੇ ਹੋਏ ਆ ਬਹੁਤ ਸਾਰੇ ਕਬੂਤਰ, ਤੇ ਇੱਥੇ ਵੀ ਰੱਖੇ ਹੋਏ ਆ। ਸ਼ੌਂਕ ਆ ਜਿਹੜਾ ਕਬੂਤਰਬਾਜ਼ੀ ਦਾ, ਅਮਰੀਕਾ ਚ ਵੀ ਕੈਮ ਰੱਖੇ ਇਹਨਾਂ ਨੇ। ਇਹਨਾਂ ਕੋਲ ਪੁੱਛਾਂਗੇ ਆਪਾਂ ਹੁਣ ਅੱਜ ਵੀ ਕਿਹੜੇ ਕਿਹੜੇ ਕਬੂਤਰ ਨੇ ਇਹਨਾਂ ਕੋਲ, ਤੇ ਇਹ ਸਾਨੂੰ ਦਿਖਾਉਣਗੇ ਅੱਜ ਇੰਦਰਜੀਤ ਬਾਈ ਤੇ ਰਜਿੰਦਰ ਸਿੰਘ, ਇਹਨਾਂ ਕੋਲ ਕਿਹੜੇ ਕਿਹੜੇ ਕਬੂਤਰ ਨੇ ਤੇ ਕਿਹੜੇ ਕਿਹੜੇ ਕਿੰਨਾ ਕਿੰਨਾ ਟਾਈਮ ਕੱਢਦੇ ਨੇ ਤੇ ਕਿੰਨਾ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇੱਥੇ। ਤੁਹਾਡੇ ਵੀਰਾਂ ਨੇ ਆਪੇ ਤਿਆਰ ਕੀਤੇ ਨੇ ਇੱਥੇ ਬਾਈ, ਦੇਖੋ ਬਾਈ ਤੁਸੀਂ। ਇਹ ਬਾਈ ਜੀ ਕਬੂਤਰ ਹੈਗੇ ਸਾਡੇ ਕੋਲੋਂ ਕਾਨੀਆ ਦੀ ਦਰਨਾਇਰ ਵਾਲੇ, ਕਨੇਡਾ ਚੋਂ ਆਏ ਨੇ, ਕਨੇਡਾ ਤੋਂ ਟਿੱਕੇ ਕੋਲ ਤੇ। ਇਹ ਸਾਨੂੰ ਕਬੂਤਰ ਉੱਡਣੇ ਆਪਣੇ 12-13 ਘੰਟੇ ਉੱਡਣੇ ਜੀ। ਇਹ ਸਵੇਰ ਦੇ ਖਾਲ ਕੇ ਸ਼ਾਮ ਨੂੰ 9 ਵਜੇ ਲਾਉਂਦੇ ਰਹੇ। ਤੁਸੀਂ ਇਹਨੂੰ ਪਾਉਂਦੇ ਕੀ ਆ, ਡਾਇਟ ਲਈ ਕੀ ਖਵਾਉਂਦੇ ਜੀ ਇਹਨਾਂ ਨੂੰ? ਦਾਣਾ ਬਰੀਕ ਆਪਣੇ ਵਿੱਚ ਮੂੰਗਫਲੀ ਲਾ ਲਓ, ਹੋਰ ਬਰੀਕ ਨਾਲ ਕਬੂਤਰ ਇਹਨਾਂ ਦੇ 14-14 ਖੰਭ ਆ ਪੂੰਛ ਦੇ, 14-14 ਖੰਭ ਇਹਨਾਂ ਦੇ ਕਬੂਤਰਾਂ ਦੇ ਡੱਬਿਆਂ ਦੇ। ਇਹ ਹੈਗਾ ਬਾਈ ਜੀ ਸਿਆਖ ਆ ਡੱਕਿਆਂ ਵਾਲੀ, ਪੈਰਾਂ ਦੇ ਡੱਕੇ ਏਦਾਂ। ਇਹ ਕਬੂਤਰ ਵੀ ਟਾਂਕ ਹੈ, ਇੱਕ ਆਖੀ ਦੀ ਸਰੋਂ ਫੁੱਲੀ ਹੈ ਧੰਨੇ ਵਾਲੀ, ਇੱਕ ਸਿਆਖੀ ਹੈ। ਇਹ ਬੱਚਾ ਹੈ ਜੀ, ਇਹ ਸਿਆਖ ਆ ਲਾਲ ਕੋੜਾਂ ਦਾ, ਇਹ ਬੱਚਾ ਬਹੁਤ ਵਧੀਆ, ਇਹ ਵੀ ਡੱਕਿਆਂ ਵਾਲਾ ਜੀ। ਇਹ ਸਾਡੇ ਕੋਲ 12-13 ਘੰਟੇ ਉੱਡ ਲਿਆ ਜੀ ਬੱਚਾ, ਦੂਜੀ ਤੀ ਸਰ ਚ ਬਹੁਤ ਵਧੀਆ ਉੱਡਦੇ ਨੇ ਇਹ। ਗਿਫਟ ਭੇਜੇ ਕੈਨੇਡਾ ਤੋਂ, ਬਹੁਤ ਸੋਹਣੇ ਕਬੂਤਰ ਨੇ ਬਾਈ ਜੀ। ਇਹ ਲਾਲਸਰ ਆ ਆਪਣੇ ਉਹਦਾ ਜੋਤ ਵਾਲਾ, ਉਹ ਫੜ ਲਿਆ ਇਹ ਪੁਰਾਣਾ ਕਬੂਤਰ ਹੈ ਜੀ ਜੋਤ ਵਾਲਾ ਲਾਲ ਸਰਾ। ਇਹ ਬਹੁਤ ਚੰਗੇ ਕਬੂਤਰ ਹੈ, ਇਹ ਜਰਦਾ ਲਾਲ ਟੋਪ, ਲਾਲ ਸਰਾ ਲਾਲ ਟੋਪੀ ਵਾਲਾ। ਤੇ ਬਾਈ ਜੀ ਸ਼ੌਂਕ ਕਬੂਤਰਬਾਜ਼ੀ ਸ਼ੁਰੂ ਕਿੱਥੋਂ ਹੋਇਆ? ਸ਼ੁਰੂ ਤਾਂ ਬਹੁਤ ਹੋਇਆ ਜੀ, ਪੁਰਾਣੀ ਸਾਡਾ ਭਰਾ ਤਾਂ ਕਰਨੈਲ ਸਿੰਘ ਇੰਡੀਆ, ਉਹ ਨੌ ਚੱਲਦਾ ਇੰਡੀਆ ਚ, ਹੁਣ ਡੈਥ ਹੋ ਗਈ ਸੀ। ਉਹਦੇ ਬਾਅਦ ਸਵਰਨ ਸਿੰਘ ਉਰੇ ਅਮਰੀਕਾ ਰੱਖੇ, ਬਾਕੀ ਮੇਰੇ ਇੰਡੀਆ ਰੱਖੇ ਰਜਿੰਦਰ ਸਿੰਘ ਦੇ ਇੰਡੀਆ। ਆਪਾਂ ਬਹੁਤ ਸੁਣਿਆ ਤੁਹਾਡੇ ਬਾਰੇ, ਤੁਹਾਡੇ ਕਬੂਤਰਾਂ ਬਾਰੇ, ਫਿਰ ਇੱਥੋਂ ਕਿੱਥੋਂ ਤੁਸੀਂ ਲਿਆਏ ਕਬੂਤਰ ਤੇ ਕਿੱਥੋਂ ਤੁਸੀਂ ਲੱਭੇ ਇੱਥੇ ਆ ਗਏ ਕਬੂਤਰ? ਉਹਨੇ ਤਾਂ ਇੱਥੇ ਆਪਣੇ ਕਬੂਤਰ ਇੰਡੀਆ ਲੈ ਕੇ ਆਏ ਇੱਥੇ, ਪਹਿਲਾਂ ਕਬੂਤਰ ਆਂਡੇ ਲੈ ਕੇ ਆਏ ਤੇ ਆਪਾਂ ਇੱਥੇ ਬਰੀਡ ਬਣਾ ਲਈ, ਉਸ ਪਾਪਾ ਲੈ ਕੇ ਆਏ ਕੈਨੇਡਾ ਤੋਂ ਕਬੂਤਰ, ਕੈਨੇਡਾ ਤੋਂ ਮੰਗਾਏ ਤੇ ਕੁਛ ਲੈ ਕੇ ਆਏ ਨੇ ਤੇ ਇੱਥੇ ਆ ਕੇ ਬਰੀਡਾਂ ਤਿਆਰ ਕਰੀਆਂ ਨੇ। ਹਾਂ, ਘੁੱਗਰੇ ਵਾਲੇ ਕਬੂਤਰ ਆਪਣੇ ਕੋਲ, ਪੱਪੂ ਪਹਿਲੋਂ ਬੋਰੀਆਂ ਵਾਲੇ ਦੀਆਂ, ਉਹ ਕਬੂਤਰ ਵੀ ਹੈਗੇ ਆਪਣੇ ਕੋਲ, ਸਾਰੇ ਬਰੀਡ ਆਪਣੇ ਕੋਲ। ਛਤਰੀ ਤੇ ਵੀ ਲਾਏ ਹੋਏ ਨੇ ਬਾਈ ਜੀ ਕਬੂਤਰ, ਦੇਖੋ ਤੁਸੀਂ ਕੁਛ ਉੱਡਦੇ ਵੀ ਹੈਗੇ ਹਲੇ, ਦੂਰ ਉੱਚੀ ਨੇ, ਦਿਖਣੇ ਨੀ ਤੁਹਾਨੂੰ, ਤੇ ਇਹਨਾਂ ਨੇ ਕੁੱਡੇ ਦੇ ਆਪੇ ਤਿਆਰ ਕੀਤੇ ਨੇ ਇੱਥੇ, ਬਹੁਤ ਸੋਹਣੀ ਜਗ੍ਹਾ ਵੀ ਹੈਗੀ ਆ, ਕਬੂਤਰ ਉੱਚੇ ਬਹੁਤ ਨੇ ਦਿਖਣੇ ਨੇ, ਤੇ ਕੁੱਡੇ ਦੇਖੋ ਤੁਸੀਂ ਆਪੇ ਤਿਆਰ ਕੀਤੇ ਨੇ ਇਹਨਾਂ ਨੇ ਸਾਰਾ ਕੁਛ ਤੇ।
ਮਨੀ ਫੜ ਲਿਆ ਡੱਬੀ ਉਹ ਡੱਬੀ ਮਨੀ ਫੜ ਲਿਆ ਇਹਦੀ ਗੱਲ ਬੜੇ ਕਬੂਤਰ ਨੇ ਦੇਖੋ ਬਾਈ ਤੁਸੀਂ ਕਬੂਤਰ ਬੜੇ ਸ਼ਾਨਦਾਰ ਕਬੂਤਰ ਨੇ ਆਹ ਫੜ ਗਏ ਡੱਬੇ ਨੂੰ ਡੱਬੀ ਡੱਬੀ ਮੈਨੂੰ ਫੜਾ ਦੇ ਇਹਨਾਂ ਦੀ ਕੀ ਖਾਸੀਅਤ ਹੈ ਬਜ਼ੁਰਗ ਇਹ ਬੜਾ ਜਿਹੜਾ ਉਹ ਮੇਨ ਫੜ ਲਈ ਇਹ ਪੁਰਾਣਾ ਮੇਨ ਜੋੜਾ ਹਾਂ ਮੇਨ ਫੜ ਲਈ ਤਾਂ ਚੱਲ ਇਹ ਪੁਰਾਣਾ ਮੇਨ ਜੋੜਾ ਸਾਡੇ ਕੋਲ ਜੀ ਲਾ